ਸਸ਼ੀਗਲ ਜੀ ਸਾਰਿਆਂ ਨੂੰ ਮੈਂ ਕਿਰਨ ਪੱਟੀ ਸਵਾਗਤ ਕਰਦੇ ਆਂ ਰੇਸ ਅਕੈਡਮੀ ਅਫੀਸ਼ੀਅਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਇੱਥੇ ਤੁਹਾਨੂੰ ਕਰਵਾਉਣੀ ਆ ਪੰਜਾਬੀ ਟੀਚ ਤੁਹਾਡੇ ਲਈ ਲੈ ਕੇ ਆਣੀ ਆ ਐਮਸੀਕੂ ਸੈਸ਼ਨ ਜਿਹਨੂੰ ਕਿ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਆਂ ਤੇ ਨਾਲ ਦੀ ਨਾਲ ਤੁਹਾਡਾ ਹਰ ਇੱਕ ਡਾਊਟ ਕਲੀਅਰ ਕਰਦੇ ਆਂ ਤਾਂ ਅੱਜ ਦਾ ਸੈਸ਼ਨ ਆਪਾਂ ਕਰਦੇ ਆਂ ਜੀ ਸ਼ੁਰੂ ਸਾਡਾ ਅੱਜ ਦਾ ਫਰਸਟ ਕੁਐਸਚਨ ਹੈ ਕਿ ਅਚਨਚੇਤ ਆ ਗਈ ਮੁਸੀਬਤ ਇੱਕ ਮੁਹਾਵਰਾ ਜੀ ਇਹਦਾ ਆਪਾਂ ਅਰਥ ਦੱਸਣਾ ਕੀ ਹੁੰਦਾ ਆਪਸ਼ਨਾਂ ਦੇਖ ਲੈਣੇ ਆ ਜੀ ਫਰਸਟ ਆਪਸ਼ਨ ਆ ਸਾਡੀ ਅੱਖਾਂ ਦੇ ਫੇਰ ਵਿੱਚ ਅੱਗ ਦੇ ਭਾ ਅਸਮਾਨੀ ਗੋਲਾ ਉਚਮਾ ਚ ਚੁੱਲਾ ਤਾਂ ਰਾਈਟ ਜਿਹੜਾ ਸਾਡਾ ਇੱਥੇ ਆਪਸ਼ਨ ਹੋਊਗੀ ਉਹ ਹੋਊਗੀ ਜੀ ਸੀ ਠੀਕ ਆ ਅਸਮਾਨੀ ਗੋਲਾ ਮਤਲਬ ਅਸਮਾਨੀ ਗੋਲਾ ਡਿੱਗਿਆ ਆਪਾਂ ਕਹਨੇ ਆ ਤਾਂ ਇਹਦਾ ਮਤਲਬ ਕੀ ਆ ਕਿ ਇੱਕਦਮ ਅਚਾਨਕ ਮੁਸੀਬਤ ਆ ਜਾਣੀ ਤਾਂ ਸੀ ਆਪਸ਼ਨ ਇੱਥੇ ਸਾਡੀ ਰਾਈਟ ਹੋ ਜੂਗੀ ਜੇਕਰ ਅਸੀਂ ਡੀ ਆਪਸ਼ਨ ਦੀ ਗੱਲ ਕਰੀਏ ਫੇਰਮਾ ਚੁੱਲਾ ਤੇ ਚੱਕਮਾ ਚੁੱਲਾ ਜਿਹੜਾ ਕਿਸੇ ਇੱਕ ਥਾਂ ਦੇ ਨਾਲ ਨਹੀਂ ਟਿਕ ਕੇ ਬੈੰਦਾ ਕਦੇ ਉਸ ਧੜੇ ਨਾਲ ਕਦੇ ਉਸ ਧੜੇ ਨਾਲ ਜਾਨੀ ਕਿ ਹਮੇਸ਼ਾ ਇੱਧੇ ਰਹਿੰਦਾ ਤੇ ਨਾ ਉਧਰ ਦਾ ਨਾ ਉਧਰ ਦਾ ਉਹਨੂੰ ਕਹਿੰਦੇ ਨੇ ਉਚਮਾ ਚੱਕਮਾ ਜਾਂ ਫੇਰਮਾ ਚੁੱਲਾ ਠੀਕ ਹੈ ਜੀ ਅੱਗ ਦੇ ਪਾਜੇ ਕਰ ਅਸੀਂ ਗੱਲ ਕਰੀਏ ਤਾਂ ਅੱਗ ਦੇ ਪਾ ਬਹੁਤ ਜ਼ਿਆਦਾ ਮੰਗਾਈ ਹੋਣਾ ਠੀਕ ਹੈ ਤਾਂ ਰਾਈਟ ਆਨਸਰ ਸਾਡਾ ਇੱਥੇ ਹੋ ਜੂਗਾ ਜੀ ਸੀ ਆਪਸ਼ਨ ਅਸਮਾਨੀ ਗੋੜਾ ਨੈਕਸਟ ਕੁਐਸਚਨ ਹੈ ਜੀ ਫੋਕੀਆਂ ਟਹਰਾ ਮਾਰਨੀਆ ਮੁਹਾਵਰੇ ਦਾ ਅਰਥ ਦੱਸਣਾ ਤਾਂ ਆਪਸ਼ਨਾਂ ਨੇ ਜਵਾਨੀ ਜਮਾ ਖਰਚ ਕਰਨਾ ਝੂਠਿਆਂ ਦਾ ਗੁਰੂ ਝੋਲੀ ਚੱਕ ਛਾਈ ਮਾਈ ਠੀਕ ਹੈ ਜੀ ਤਾਂ ਰਾਈਟ ਜਿਹੜਾ ਸਾਡਾ ਇੱਥੇ ਆਨਸਰ ਹੋ ਜੂਗਾ ਉਹ ਹੋ ਜੂਗਾ ਜੀ ਏ ਆਪਸ਼ਨ ਜਵਾਨੀ ਜਮਾ ਖਰਚ ਕਰਨਾ ਮੰਨ ਲਓ ਕੋਈ ਬੰਦੇ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਸਿਰਫ ਆਪਣੀਆਂ ਗੱਲਾਂ ਗੱਲਾਂ 'ਚ ਹੀ ਰਹਿੰਦੇ ਨੇ ਕੁਝ ਕਰਨਾ ਨਹੀਂ ਹੁੰਦਾ ਤਾਂ ਜਵਾਨੀ ਜਮਾ ਖਰਚ ਕਰਨਾ ਮਤਲਬ ਫੋਕੀਆਂ ਟੋਰਾ ਹੀ ਮਾਰੀ ਜਾਣੀਆਂ ਕੁਝ ਅੱਲੇ ਨਹੀਂ ਹੋਣਾ ਤਾਂ ਇਹ ਆਪਸ਼ਨ ਇੱਥੇ ਸਾਡੀ ਰਾਈਟ ਹੋ ਜੂਗੀ ਨੈਕਸਟ ਹੈ ਜੀ ਇਹ ਵੀ ਇੱਕ ਮੁਹਾਵਰਾ ਹੀ ਹੈ ਸਹਾਈ ਹੋਣਾ ਸਹਾਈ ਹੋਣ ਦਾ ਕੀ ਮਤਲਬ ਆ অপਸ਼ਨਾਂ ਦੇਖ ਲੈਣੇ ਆ ਅੱਖ ਲਾਉਣੀ ਅੱਖ ਲੜਨੀ ਅੰਗ ਪਾਲਣਾ ਅੱਗ ਨਾਲ ਖੇਡਣਾ ਤਾਂ ਰਾਈਟ ਆਨਸਰ ਸਾਡਾ ਇੱਥੇ ਹੋ ਜੂਗਾ ਜੀ ਸੀ ਅੰਗ ਪਾਲਣਾ ਠੀਕ ਹੈ ਜੀ ਸੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਹਾਂਜੀ ਨੈਕਸਟ ਹੈ ਜੀ ਸਾਡਾ ਕਿ ਤਹਮਤ ਲਾਉਣੀ ਇਹ ਵੀ ਇੱਕ ਮੁਹਾਵਰਾ ਇਹਦਾ ਅਰਥ ਦੱਸੋ ਹਾਂਜੀ অপਸ਼ਨਾਂ ਨੇ ਉਸਤਾਦੀ ਕਰਨੀ ਉਂਗਲ ਕਰਨੀ ਲੂਣ ਮਿਰਚ ਲਾ ਕੇ ਵਹੂਦੀ ਗੱਲ ਤਾਂ ਰਾਈਟ ਆਨਸਰ ਹੋ ਜੂਗਾ ਜੀ ਸਾਡਾ ਇੱਥੇ ਬੀ ਆਪਸ਼ਨ ਉਂਗਲ ਕਰਨੀ ਮਤਲਬ ਦੋਸ਼ ਲਾਉਣਾ ਦੋਸ਼ ਲਾਉਣਾ ਜਾਂ ਤੋਹਮਤ ਲਾਉਣੀ ਦਾ ਉਸਤਾਦੀ ਕਰਨੀ ਠੀਕ ਹੈ ਜੀ ਹਾਂਜੀ ਤਾਂ ਤੋਹਮਤ ਲਾਉਣਾ ਦਾ ਉਂਗਲ ਕਰਨੀ ਜਾਂ ਦੋਸ਼ ਲਾਉਣਾ ਦਾ ਰਾਈਟ ਆਨਸਰ ਹੋ ਜੂ ਬੀ ਆਪਸ਼ਨ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਇੰਨਾ ਵਿੱਚੋਂ ਵਿਰੋਧਾਰਥਕ ਜੋੜਾ ਕਿਹ ਹੈ ਯਾਨੀ ਕਿ ਵਿਰੋਧੀ ਸ਼ਬਦ ਦੱਸਣੇ ਆਪਾਂ ਕਿਹੜੇ ਆ ਦੇਖ ਲੈਣੇ ਆ ਜੀ ਆਪਸ਼ਨਾਂ ਸ਼ਾਮ ਤੇ ਰਕਾਲਾ ਇਹ ਤਾਂ ਇੱਕੋ ਜਿਹਾ ਹੀ ਆ ਮੋਡ ਮੂਲ ਇਹ ਵੀ ਇੱਕੋ ਜਿਹੀ ਹੋਗੇ ਠੀਕ ਆ ਮੂਲ ਹੋਗਾ ਕਿਸੇ ਚੀਜ਼ ਦਾ ਮੋਡ ਹੋ ਗਿਆ ਠੀਕ ਆ ਇਸ ਤੋਂ ਇਲਾਵਾ ਮਾੜਾ ਤਕੜਾ ਸੰਗ ਸ਼ਰਮ ਸੰਗ ਸ਼ਰਮ ਵੀ ਇੱਕੋ ਚੀਜ਼ ਆ ਤਾਂ ਇਹ ਤਿੰਨੇ ਤਾਂ ਆਪਸ਼ਨ ਆਪਣੇ ਤੋਂ ਕਲੀਅਰ ਨਹੀਂ ਹੋਊਗਾ ਤਾਂ ਸੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਜੀ ਮਾੜਾ ਤੇ ਤਕੜਾ ਯਾਨੀ ਕਿ ਮਾੜਾ ਤੇ ਤਕੜਾ ਇੱਕ ਹੀ ਹੋਗੇ ਵਿਰੋਧਾਤਮਕਾ ਜੋੜਾ ਇੱਥੇ ਸਾਡੀ ਸੀ ਆਪਸ਼ਨ ਰਾਈਟ ਹੋ ਜੂਗੀ ਨੈਕਸਟ ਕੁਐਸਚਨ ਹੈ ਬਾਦਸ਼ਾ ਦਾ ਇਸਤਰੀ ਲਿੰਗ ਕੀ ਹੈ ਬਾਦਸ਼ਾ ਦਾ ਮਤਲਬ ਹੁੰਦਾ ਨਵਾਬ ਠੀਕ ਹੈ ਨਵਾਬ ਮੈਦਾਨੀ ਬਾਏ ਕੋ ਕੇ ਤੁਹਾਨੂੰ ਪਤਾ ਹੈ ਕਿ ਨਵਾਬ ਦਾ ਤਾਂ ਬੇਗਮੀ ਹੁੰਦਾ ਠੀਕ ਹੈ ਪਰ ਇੱਥੇ ਥੋੜਾ ਜਿਹਾ ਕੁਐਸਚਨ ਘੁਮਾ ਕੇ ਪਾਇਆ ਗਿਆ ਕਿ ਬਾਦਸ਼ਾਹ ਦਾ ਇਸਤਰੀ ਲਿੰਗ ਕੀ ਹੈ ਤਾਂ ਆਪਸ਼ਨਾਂ ਨੇ ਜੀ ਰਾਣੀ ਨਵਾਬਣ ਬੇਗਮ ਮਹਾਰਾਣੀ ਤਾਂ ਰਾਈਟ ਆਨਸਰ ਸਾਡਾ ਸੀ ਆ ਜਾਊਗਾ ਜੀ ਬੇਗਮ ਨਵਾਬ ਜਾਂ ਬਾਦਸ਼ਾਹ ਦਾ ਇਸਤਰੀ ਲਿੰਗ ਬੇਗਮ ਸੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜਾ नेक्स्ट ਕੁਐਸਚਨ ਹੈ ਜੀ ਇਜੜ ਸ਼ਬਦ ਵਿੱਚ ਕਿਹੜਾ ਨਾਮ ਹੈ ਤਾਂ ਆਪਸ਼ਨਾਂ ਵੇਖ ਲੈਣੇ ਆ ਪਾਵਾਚਕ ਨਾਮ ਆਮ ਨਾਮ ਖਾਸ ਨਾਮ ਸਮੂਹਵਾਚਕ ਤਾਂ ਇੱਜੜ ਹੁੰਦਾ ਬਹੁਤ ਸਾਰੇ ਆ ਪੇਡਾਂ ਦਾ ਜਾਂ ਬੱਕਰੀਆਂ ਦਾ ਇਕੱਠ ਹੁੰਦਾ ਇੱਜੜ ਤਾਂ ਜਦੋਂ ਇਕੱਠ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਮੂਹਵਾਚਕ ਹੀ ਆਊਗਾ ਇਕੱਠ ਵਾਚਕ ਉਹ ਗੱਡੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਠੀਕ ਹੈ ਜੀ ਅਗਰ ਅਸੀਂ ਗੱਲ ਕਰਦੇ ਆ ਪਾਵਾਚਕ ਨਾਮ ਦੇ ਜਿਹਦੇ ਵਿੱਚ ਸਾਡੇ ਮਨੋਭਾਵ ਸਾਡੀਆਂ ਭਾਵਨਾਵਾਂ ਹੁੰਦੀਆਂ ਨੇ ਸਾਡੀ ਖੁਸ਼ੀ ਗਮੀ ਠੀਕ ਹੈ ਇਹ ਆ ਗਈ ਨੈਕਸਟ ਹੈ ਜੀ ਆਮ ਨਾਮ ਆਮ ਨਾਮ ਸਾਡੇ ਹੁੰਦਾ ਜਾਤੀਵਾਚਕ ਜਿਹਦੇ ਵਿੱਚ ਜਾਤੀ ਦਾ ਬੋਧ ਕਰਾਇਆ ਜਾਂਦਾ ਜਿਵੇਂ ਪਿੰਡ ਸ਼ਹਿਰ ਕੁੜੀ ਮੁੰਡਾ ਆਦਿ ਠੀਕ ਹੈ ਖਾਸ ਨਾਮ ਦੇ ਵਿੱਚ ਹੁੰਦਾ ਨਿਜਵਾਚਕ ਨਾਮ ਕਿਸੇ ਖਾਸ ਚੀਜ਼ ਬਾਰੇ ਦੱਸਿਆ ਜਾਂਦੀ ਹੈ ਜਿਵੇਂ ਕਿ ਪੰਜਾਬ ਹਿਮਾਲਾ ਕੁਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਸ ਚੀਜ਼ਾਂ ਦੇ ਬਰੋਧ ਕਰਵਾਇਆ ਜਾਂਦਾ ਹੈ ਰਾਈਟ ਆਨਸਰ ਸਾਡਾ ਡੀ ਆਪਸ਼ਨ ਸਮੂਹਵਾਚਕ ਨਾ ਨੈਕਸਟ ਕੁਐਸਚਨ ਹੈ ਇਹ ਬੜਾ ਹਾਜ਼ਰ ਜਵਾਬ ਹੈ ਬਾਕ ਵਿੱਚ ਪੜਨਾਮ ਦੱਸੋ ਤਾਂ ਆਪਸ਼ਨਾਂ ਨੇ ਜੀ ਸੰਬੰਧਵਾਚਕ ਪ੍ਰਸ਼ਨਵਾਚਕ ਨਿਸ਼ਚੇਵਾਚਕ ਪੁਰਖਵਾਚਕ ਤਾਂ ਰਾਈਟ ਜਿਹੜਾ ਸਾਡਾ ਆਨਸਰ ਹੋ ਜਾਊਗਾ ਉਹ ਹੋ ਜਾਊਗਾ ਜੀ ਨਿਸ਼ਚੇਵਾਚਕ ਮਤਲਬ ਏ ਤਾਂ ਉਹ ਨਿਸ਼ਚਾ ਕਰ ਰਿਹਾ ਵੀ ਇਹ ਜਿਹੜਾ ਕੋਈ ਵੀ ਲੜਕਾ ਜਾਂ ਲੜਕੀ ਹੈ ਇਹ ਬਹੁਤ ਹੀ ਹਾਜ਼ਰ ਜਵਾਬ ਆ ਠੀਕ ਹੈ ਤਾਂ ਨਿਸ਼ਚਾ ਕਰ ਰਿਹਾ ਤਾਂ ਸੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਪ੍ਰਸ਼ਨ ਦੇ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਸਬੰਧ ਦੇ ਵਿੱਚ ਸਬੰਧ ਦੱਸਿਆ ਜਾਂਦਾ ਤੇ ਪੁਰਖਵਾਚਕ ਦੇ ਵਿੱਚ ਪੁਰਖ ਮਤਲਬ ਤਿੰਨ ਤਰ੍ਹਾਂ ਦੇ ਹੁੰਦੇ ਨੇ ਉੱਤਮ ਮੱਧਮ ਤੇ ਅਨਿਆ ਤਿੰਨਾਂ ਦੀ ਗੱਲ ਕੀਤੀ ਜਾਂਦੀ ਆ ਤਾਂ ਸੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਨੈਕਸਟ ਕੁਐਸਚਨ ਹੈ ਵਾਕ ਵਿੱਚ ਜਿਸ ਕਿਰਿਆ ਜਿਸ ਉੱਪਰ ਕਿਰਿਆ ਵਰਤ ਰੇ ਉਹ ਕੀ ਹੁੰਦਾ ਹੈ ਠੀਕ ਹੈ ਜੀ ਤਾਂ ਆਪਸ਼ਨ ਆਨੇ ਕਰਮ ਕਰਤਾ ਕਾਰਕ ਜੋਜਕ ਤਾਂ ਰਾਈਟ ਜਿਹੜਾ ਸਾਡਾ ਆਨਸਰ ਹੋ ਜੂਗਾ ਜੇ ਉਹ ਹੋ ਜੂਗਾ ਇਹ ਆਪਸ਼ਨ ਕਰਮ ਹੁੰਦਾ ਹੈ ਜਿਹਦੇ ਉੱਪਰ ਕਿਰਿਆ ਵਾਪਰਦੀ ਹੈ ਉਹ ਕਰਮ ਹੋਊਗਾ ਤਾਂ ਇਹ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਕਰਤਾ ਕਿਹੜਾ ਹੁੰਦਾ ਜਿਹੜਾ ਮਤਲਬ ਕੋਈ ਕੰਮ ਕਰਦਾ ਹੋਵੇ ਕਾਰਕ ਹੁੰਦਾ ਨਾਮ ਤੇ ਪੜਨਾਮ ਦਾ ਕਿਰਿਆ ਦੇ ਨਾਲ ਸੰਬੰਧ ਦੱਸਣ ਵਾਲਾ ਜੋਜਕ ਹੋਊਗਾ ਦੋ ਸ਼ਬਦਾਂ ਨੂੰ ਦੋ ਵਾਕਾਂਸ਼ਾਂ ਨੂੰ ਦੋ ਪਵਾਕਾਂ ਨੂੰ ਜੋੜਨ ਦਾ ਕੰਮ ਕਰੂਗਾ ਠੀਕ ਹੈ ਜੀ ਤਾਂ ਇਹ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਹਾਂਜੀ ਨੈਕਸਟ ਕੁਐਸਚਨ ਹੈ ਕਿ ਕਿਰਨ ਨੂੰ ਗੁੱਸਾ ਚੜ ਗਿਆ ਇੱਕ ਵਾਕ ਆ ਸਿੰਪਲ ਤਾਂ ਆਪਾਂ ਵੇਖ ਲੈਨੇ ਆਪਸ਼ਨਾਂ ਦੂਰੀ ਪ੍ਰੇਰਨਾਰਥਕ ਕਿਰਿਆ ਪ੍ਰੇਰਨਾਰਥਕ ਕਿਰਿਆ ਇਕੈਰੀ ਕਿਰਿਆ ਸਧਾਰਨ ਕਿਰਿਆ ਯਾਨੀ ਕਿ ਕਿਰਿਆ ਦੀ ਇੱਕ ਕਿਸਮ ਦੱਸਣੀ ਆ ਠੀਕ ਹੈ ਤੇ ਇੱਕ ਵਾਕ ਆ ਤੇ ਇਹ ਵਾਕ ਕਿਹੜਾ ਡੀ ਆਪਸ਼ਨ ਇੱਥੇ ਸਾਡੀ ਰਾਈਟ ਹੋ ਜੂਗੀ ਕਿ ਇਹ ਇੱਕ ਸਧਾਰਨ ਵਾਕ ਹੈ ਕਿਰਨ ਨੂੰ ਗੁੱਸਾ ਚੜ ਗਿਆ ਠੀਕ ਹੈ ਜੀ ਅਗਰ ਦੂਰੀ ਪ੍ਰੇਰਨਾਰਥਕ ਪ੍ਰੇਰਨਾਰਥਕ ਦੀ ਗੱਲ ਕਰੀਏ ਕਿਰਿਆ ਦੀ ਜਿਹਦੇ ਵਿੱਚ ਕਿਸੇ ਇੱਕ ਵਿਅਕਤੀ ਦੁਆਰਾ ਦੂਸਰੇ ਨੂੰ ਪ੍ਰੇਰਣਾ ਦੇ ਕੇ ਕੰਮ ਕਰਵਾਇਆ ਜਾਂਦਾ ਠੀਕ ਹੈ ਦੂਰੀ ਪ੍ਰੇਰਣਾ ਦੇ ਵਿੱਚ ਕੀ ਹੁੰਦਾ ਕਿ ਇੱਕ ਵਿਅਕਤੀ ਨੇ ਦੂਸਰੇ ਨੂੰ ਪ੍ਰੇਰਣਾ ਦਿੱਤੀ ਪ੍ਰੇਰਣਾ ਕਰਕੇ ਕੰਮ ਕਰਵਾਇਆ ਤਾਂ ਉਹ ਦੂਸਰਾ ਜਿਹੜਾ ਵਿਅਕਤੀ ਆ ਉਹ ਵੀ ਕਿਸੇ ਤੀਸਰੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਉਹਦੇ ਤੋਂ ਕੰਮ ਕਰਵਾਵੇ ਉਹ ਦੂਰੀ ਪ੍ਰੇਨ ਆਰਥਕ ਕਿਰਿਆ ਹੋਊਗੀ। ਇਹ ਕਿਹੜੀ ਕਿਰਿਆ ਦੇ ਵਿੱਚ ਸਿਰਫ ਇੱਕ ਹੀ ਵਾਕ ਹੋਗਾ ਜਿਵੇਂ ਲੜਕੀ ਸੋ ਰਹੀ ਹੈ। ਠੀਕ ਹੈ। ਸਧਾਰਨ ਵਾਕ ਦੇ ਵਿੱਚ ਸਧਾਰਨ ਇੱਕ ਕਿਰਿਆ ਹੋਊਗੀ ਜਿਵੇਂ ਕਿਰਨ ਨੂੰ ਗੁੱਸਾ ਚੜ ਗਿਆ ਤਾਂ ਇਹ ਕਿਹਾ ਸਧਾਰਨ ਵਾਕ ਆ। ਤਾਂ ਡੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗਾ। ਨੈਕਸਟ ਹੈ ਜੀ ਅਖੰਡਿਤ ਧੁਨੀਆਂ ਵਿੱਚ ਸ਼ਾਮਲ ਨਹੀਂ ਹੈ। ਤਾਂ অপਸ਼ਨਾਂ ਵੇਖ ਲੈਣੇ ਆਂ ਬਲਦਾਬ ਯਾਨੀ ਕਿ ਦਬਾਵ ਠੀਕ ਹੈ ਨਾਸਿਕਤਾ ਸੁਰ ਸਵਰ ਤਾਂ ਇੱਥੇ ਸਾਡਾ ਜਿਹੜਾ ਰਾਈਟ ਆਨਸਰ ਹੋ ਜੂਗਾ ਉਹ ਸਵਰ ਹੋ ਜੂਗਾ ਜੀ ਸਵਰ ਇਹਦੇ ਵਿੱਚ ਸ਼ਾਮਿਲ ਨਹੀਂ ਆ ਖੰਡੀ ਧੁਨੀ ਆ ਜਿਹਦੇ ਵਿੱਚ ਇੱਕ ਖੰਡ ਜਾਂ ਭਾਗ ਨਾ ਕੀਤੇ ਜਾਣ ਤਾਂ ਇਹਦੇ ਵਿੱਚ ਬਲ ਤੇ ਦਾਵ ਨਾਸਿਕਤਾ ਸੁਰ ਇਹ ਸਾਰੇ ਸ਼ਾਮਿਲ ਨੇ ਯਾਨੀ ਕਿ ਲਗਾਖਰ ਆ ਜਾਂਦੇ ਨੇ ਤਾਂ ਸੁਰ ਆ ਜਾਂਦੇ ਨੇ ਠੀਕ ਹੈ ਜੀ ਤਾਂ ਰਾਈਟ ਆਨਸਰ ਸਾਡਾ ਹੋ ਜੂਗਾ ਡੀ ਸਵਾਰੇ ਇਹਦੇ ਵਿੱਚ ਸ਼ਾਮਿਲ ਨਹੀਂ ਹੈ ਨੈਕਸਟ ਹੈ ਜੀ ਲਗਾ ਨਾਲ ਲੱਗਣ ਵਾਲੇ ਛੋਟੇ ਚਿੰਨ ਨੂੰ ਕੀ ਕਿਹਾ ਜਾਂਦਾ ਹੈ ਤਾਂ অপਸ਼ਨਾਂ ਵੇਖ ਲੈਣੇ ਆ ਮਾਤਰਾਵਾਂ ਲਗਾਖਰ ਵਿਅੰਜਨ ਮੂਲ ਸਵਰ ਤਾਂ ਰਾਈਟ ਆਨਸਰ ਸਾਡਾ ਹੋ ਜੂਗਾ ਜੀ ਬੀ অপਸ਼ਨ ਲਗਾਖਰ ਠੀਕ ਹੈ ਲਗਾ ਦੇ ਨਾਲ ਕੀ ਲੱਗਦੇ ਆ ਲਗਾਖਰ ਲੱਗਦੇ ਆ ਠੀਕ ਹੈ ਜਿਵੇਂ ਮੈਂ ਕਹਦਾ ਵੀ ਆ ਇੱਕ ਐਗਜ਼ਾਮਪਲ ਆ ਇੱਕ ਅੱਖਰ ਪਾਤਾ ਹੁਣ ਲਗਾ ਲੱਗੀ ਸਿਹਾਰੀ ਉਹਦੇ ਨਾਲ ਲਗਾਖਰ ਦੀ ਵਰਤੋਂ ਹੁੰਦੀ ਆ ਠੀਕ ਹੈ ਤਾਂ ਇਹ ਕੀ ਬਣ ਗਿਆ ਲਗਾ ਦੇ ਨਾਲ ਲੱਗਣ ਵਾਲੇ ਛੋਟੇ ਚਿੰਨ ਨੂੰ ਲਗਾਖਰ ਕਿਹਾ ਜਾਂਦਾ ਹੈ ਤਾਂ ਬੀ অপਸ਼ਨ ਸਾਡੀ ਇੱਥੇ ਰਾਈਟ ਹੋ ਜੂਗਾ ਹਾਂ ਜੀ ਨੈਕਸਟ ਕੁਐਸਚਨ ਹੈ ਸਾਡਾ ਕਿ ਜਿਹੜੀਆਂ ਧੁਨੀਆਂ ਨੂੰ ਸਵਰਾਂ ਤੇ ਵਿਅੰਜਨਾਂ ਵਾਂਗ ਵੱਖ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਨੂੰ ਕਿਹੜੀਆਂ ਧੁਨੀਆਂ ਹਨ ਜਾਂ ਉਹ ਕਿਹੜੀਆਂ ਧੁਨੀਆਂ ਹਨ ਕੀ ਕਿਹਾ ਜਾਂਦਾ ਹੈ ਤਾਂ ਆਪਸ਼ਨਾਂ ਨੇ ਖੰਡੀ ਧੁਨੀਆਂ ਅਖੰਡੀ ਧੁਨੀਆਂ ਨਾਸਕੀ ਕੋਈ ਨਹੀਂ ਤਾਂ ਇੱਥੇ ਸਾਡਾ ਰਾਈਟ ਆਨਸਰ ਹੋਊਗਾ ਬੀ ਆਪਸ਼ਨ ਖੰਡੀ ਅਖੰਡੀ ਧੁਨੀਆਂ ਠੀਕ ਹੈ ਖੰਡੀ ਧੁਨੀਆਂ ਨੂੰ ਤਾਂ ਅਸੀਂ ਵੱਖ ਕਰ ਸਕਦੇ ਹਾਂ ਖੇੜ ਕੇ ਲਿਖ ਸਕਦੇ ਹਾਂ ਪਰ ਅਖੰਡੀ ਧੁਨੀਆਂ ਨੂੰ ਅਸੀਂ ਸਵਰਾਂ ਜਾਂ ਵਿਅੰਜਨਾਂ ਵਾਂਗ ਵੱਖ ਨਹੀਂ ਕਰ ਸਕਦੇ ਖੰਡੀ ਧੁਨੀਆਂ ਦੇ ਵਿੱਚ ਤਾਂ ਦੋ ਤਰ੍ਹਾਂ ਦੇ ਹੁੰਦੇ ਸਵਰ ਤੇ ਵਿਅੰਜਨ ਠੀਕ ਹੈ ਪਰ ਖੰਡਿਤ ਧੁਨੀਆਂ ਦੇ ਵਿੱਚ ਅਜਾ ਕੁਝ ਨਹੀਂ ਆਉਂਦਾ ਖੰਡਿਤ ਧੁਨੀਆਂ ਦੇ ਵਿੱਚ ਸੁਰ ਨਾਸਿਕਤਾ 발ਦਾਬ ਆਉਂਦਾ ਤੇ ਇਹਨੂੰ ਅਸੀਂ ਸਵਰਨ ਤੇ ਵਿੰਜਨਾ ਵਾਂਗ ਵੱਖ ਨਹੀਂ ਕਰ ਸਕਦੇ b ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਠੀਕ ਹੈ ਜੀ ਨਾਸਕੀ ਧੁਨੀਆਂ ਹੁੰਦੀਆਂ ਜਿਨ੍ਹਾਂ ਦੀ ਆਵਾਜ਼ ਜਦੋਂ ਆਪਾਂ ਉਚਾਰਨ ਕਰਦੇ ਨੱਕ ਰਾਹੀਂ ਆਉਂਦੀ ਹੈ ਠੀਕ ਹੈ ਜਿਵੇਂ ਮੈਂ ਕਹਦਾ ਵੀ ਨੰਨਾ ਠੀਕ ਹੈ ਨਾ ਨਾ ਉਹ ਪੰਜ ਨਾਸਕੀ ਵਰਣ ਨੇ ਠੀਕ ਹੈ ਨੱਕ ਰਾਹੀਂ ਆਵਾਜ਼ ਆਉਂਦੀ ਹੈ ਤਾਂ ਨਾਸਕੀ ਧੁਨੀਆਂ ਨੈਕਸਟ ਕੁਐਸਚਨ ਹੈ ਗੁਰਬਾਣੀ ਦੀ ਤੁਕ ਪਿੱਛੇ ਕੀ ਲੱਗਦਾ ਹੈ ਠੀਕ ਹੈ ਜੀ ਤਾਂ অপਸ਼ਨਾਂ ਨੇ ਡੰਡੀ ਕਮਾ ਦੋ ਡੰਡੀਆਂ ਬਿੰਦੀ ਕਮਾ ਠੀਕ ਹੈ ਜੀ ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆ ਉਹ ਹੋ ਜੂਗਾ ਸੀ ਜਦੋਂ ਵੀ ਗੁਰਬਾਣੀ ਦੇ ਕੋਟਕ ਲਿਖਿਆ ਜਾਂਦੀ ਹੈ ਇਸ ਤਰ੍ਹਾਂ ਕਰਕੇ ਦੋ ਡੰਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸੀ অপਸ਼ਨ ਸਾਡੀ ਰਾਈਟ ਹੋ ਜੂਗੀ ਨੈਕਸਟ ਕੁਐਸਚਨ ਹੈ ਜਦੋਂ ਕੋਈ ਪ੍ਰਸ਼ਨਵਾਚਕ ਵਾਕ ਅਧੀਨ ਉਪਵਾਕ ਵਜੋਂ ਆਉਂਦਾ ਹੈ ਤਾਂ ਪ੍ਰਸ਼ਨ ਚਿੰਨ ਦੀ ਥਾਂ ਤੇ ਕੀ ਲੱਗਦਾ ਹੈ ਠੀਕ ਹੈ ਸਿੰਪਲ ਆਪਾਂ ਪ੍ਰਸ਼ਨ ਲਿਖਦੇ ਹਾਂ ਉਹਦੇ ਵਿੱਚ ਪ੍ਰਸ਼ਨ ਚੈਨ ਦੀ ਵਰਤੋਂ ਹੁੰਦੀ ਹੈ ਪਰ ਜਦੋਂ ਕੋਈ ਅਧੀਨ ਉਪਵਾਕ ਦੇ ਵਿੱਚ ਆ ਜਾਂਦਾ ਤਾਂ ਉਦੋਂ ਕੀ ਲੱਗਦਾ ਤਾਂ ਆਪਸ਼ਨਾਂ ਦੇਖ ਲੈਣੇ ਆ ਡੰਡੀ ਵਿਸਮਿਕ ਪ੍ਰਸ਼ਨ ਚੈਨ ਸਾਰੇ ਤਾਂ ਇੱਥੇ ਜਿਹੜਾ ਸਾਡਾ ਰਾਈਟ ਆਨਸਰ ਬਣੂਗਾ ਉਹ ਬਣੂਗਾ ਜੀ ਡੰਡੀ ਏ ਠੀਕ ਹੈ ਮੈਂ ਇਹਦੀ ਐਗਜ਼ਾਮਪਲ ਦੇ ਇੱਕ ਤੁਹਾਨੂੰ ਦੱਸਦੀ ਆ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਠੀਕ ਹੈ ਮੈਂ ਜਾਣਨਾ ਚਾਹੁੰਦਾ ਹਾਂ ਕੇ ਕੇ ਕੀ ਹੋ ਗਿਆ ਅਧਿਨੁਪਵਾਕ ਸ਼ੁਰੂ ਹੋ ਜੂਗਾ ਉਹਨ ਵਾਕ ਤੁਸੀਂ ਇਹ ਸਵਾਲ ਕਿਨੇ ਹੱਲ ਕੀਤਾ ਠੀਕ ਹੈ ਤਾਂ ਹੁਣ ਉਹਨੇ ਪ੍ਰਸ਼ਨ ਪੁੱਛ ਲਿਆ ਪਰ ਲਾਸਟ ਤੇ ਕੀ ਆ ਜੋ ਡੰਡੀ ਦੀ ਵਰਤੋਂ ਮੰਨ ਲਓ ਨੇ ਪ੍ਰਸ਼ਨ ਵੀ ਪੁੱਛ ਲਿਆ ਅਧਿਨੁਪਵਾਕ ਦੇ ਵਿੱਚ ਤਾਂ ਲਾਸਟ ਤੇ ਕੀ ਦੀ ਵਰਤੋਂ ਜੋ ਡੰਡੀ ਦੀ ਤਾਂ ਇਹ ਆਪਸ਼ਨ ਸਾਡਾ ਇੱਥੇ ਰਾਈਟ ਹੋ ਜਾਊਗਾ ਵਿਸਮਕ ਹੁੰਦਾ ਜਿਹੜੇ ਸਾਡੇ ਖੁਸ਼ੀ ਗਮੀ ਭਾਵ ਮਨੋ ਭਾਵ ਉਜਾਗਰ ਕਰਨ ਦੇ ਲਈ ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਵਿਸਮਕ ਚਿੰਨ੍ਹ ਠੀਕ ਹੈ ਤਾਂ ਪ੍ਰਸ਼ਨ ਚਿੰਨ ਹੁੰਦਾ ਜਿੱਥੇ ਪ੍ਰਸ਼ਨ ਪੁੱਛਿਆ ਜਾਵੇ ਤਾਂ ਸਾਰੇ ਇਹਦੇ ਵਿੱਚ ਆ ਨਹੀਂ ਸਕਦਾ ਤਾਂ ਇਹ ਆਪਸ਼ਨ ਸਾਡੇ ਇੱਥੇ ਰਾਈਟ ਹੋ ਜੂਗੇ ਹਾਂਜੀ ਨੈਕਸਟ ਕੁਐਸਚਨ ਹੈ ਸਾਡਾ ਕਿ ਜੇਕਰ ਪ੍ਰਸ਼ਨ ਆਗਿਆਵਾਚਕ ਹੋਵੇ ਤਾਂ ਅੰਤ ਵਿੱਚ ਕੀ ਲੱਗਦਾ ਹੈ ਤਾਂ ਆਪਸ਼ਨਾਂ ਨੇ ਪ੍ਰਸ਼ਨ ਚਿੰਨ ਡੰਡੀ ਵਿਸਮਿਕ ਸਾਰੀ ਤਾਂ ਰਾਈਟ ਜਿਹੜਾ ਸਾਡਾ ਆਨਸਰ ਹੋਊਗਾ ਉਹ ਵੀ ਇੱਥੇ ਡੰਡੀ ਹੀ ਹੋਊਗਾ ਬੀ ਆਪਸ਼ਨ ਮੰਨ ਲਓ ਪ੍ਰਸ਼ਨ ਆਗਿਆਵਾਚਕ ਦੇ ਵਿੱਚ ਜਾਨਕੀ ਪੋਜ਼ਿਟਿਵ ਵੇ ਜੇ ਮੈਂ ਕਹਦਾ ਪੰਜਾਬ ਦੇ ਸਭ ਤੋਂ ਵੱਡੇ ਜ਼ਿਲੇ ਦਾ ਨਾਂ ਦੱਸੋ ਠੀਕ ਹੈ ਨਾਂ ਦੱਸੋ ਤਾਂ ਇੱਥੇ ਪਿੱਛੇ ਕੀ ਲੱਗੂਗਾ ਡੰਡੀ ਨਾ ਕੇ ਪ੍ਰਸ਼ਨ ਚਿੰਨ ਤਾਂ ਇਸ ਤਰ੍ਹਾਂ ਕਰਕੇ ਇੱਥੇ ਡੰਡੀ ਲੱਗ ਜੂਗੀ ਠੀਕ ਹੈ ਤਾਂ ਇਹ ਕੀ ਹੋਗਾ ਇਹ ਆਗਾਵਾਚਕ ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਤਾਂ ਵੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਨੈਕਸਟ ਕੁਐਸਚਨ ਹੈ ਵਾਕ ਵਿੱਚ ਸੰਬੋਧਨ ਸ਼ਬਦਾਂ ਦੇ ਪਿੱਛੇ ਕੀ ਲੱਗਦਾ ਹੈ ਤਾਂ ਆਪਸ਼ਨਾਂ ਨੇ ਕੋਮਾ ਬਿੰਦੀ ਦੋ ਬਿੰਦੀ ਡੈਸ਼ ਠੀਕ ਹੈ ਤਾਂ ਸਵਾਲ ਦੇ ਸ਼ਬਦਾਂ ਦੇ ਪਿੱਛੇ ਰਾਈਟ ਆਨਸਰ ਸਾਡਾ ਏ ਹੋ ਜੂਗਾ ਕੋਮਾ ਜਾਂ ਕਮ ਠੀਕ ਹੈ ਇਸ ਤਰ੍ਹਾਂ ਕਰਕੇ ਇਹਦਾ ਚਿੰਨ ਹੁੰਦਾ ਕਾਮੇ ਦਾ ਬਿੰਦੀ ਦਾ ਇਹ ਵਾਲਾ ਹੁੰਦਾ ਦੋ ਬਿੰਦੀ ਦਾ ਇਹ ਵਾਲਾ ਹੁੰਦਾ ਡੈਸ਼ ਦਾ ਇਹ ਵਾਲਾ ਹੁੰਦਾ ਠੀਕ ਹੈ ਜੀ ਤਾਂ ਹੁਣ ਆਪਾਂ ਏ ਕੋਮਾ ਕੀਤਾ ਤੇ ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਦਿਖਾ ਦੱਸਦੀਆਂ ਜਿਵੇਂ ਅੜੀਏ ਠੀਕ ਹੈ ਤਾਂ ਇਹ ਹੋਗਾ ਕੋਮਾ ਇਨਾ ਰੁੱਖਾ ਜਾਂ ਖੜਵਾ ਖੜਵਾ ਨਹੀਂ ਬੋਲੀ ਦਾ ਤਾਂ ਉਹਨੇ ਉਹਨੂੰ ਸਬੋਧਨ ਵੀ ਕਰਤਾ ਬੋਲੀ ਦਾ ਤੇ ਆਪਾਂ ਵਰਤੋਂ ਵੀ ਕਿਹਦੀ ਕਰਤੇ ਕੌਮੇ ਦੀ ਠੀਕ ਹੈ ਤਾਂ ਸਬੋਧਨ ਵਾਕਾਂ ਦੇ ਪਿੱਛੇ ਕਿਹਦੀ ਵਰਤੋਂ ਹੁੰਦੀ ਆ ਕੌਮੇ ਦੀ ਵਰਤੋਂ ਹੁੰਦੀ ਠੀਕ ਹੈ ਨੈਕਸਟ ਹੈ ਜੀ ਅਗਲਾ ਕੁਐਸਚਨ ਏ ਨਰੇਸ਼ ਦੀ ਕਮੀਜ਼ ਹੈ ਠੀਕ ਹੈ ਤਾਂ ਕਮੀਜ਼ ਦਾ ਜਿਹੜਾ ਕਮੀਜ਼ ਦਾ ਆਪਾਂ ਦੱਸਣਾ ਵੀ ਕਮੀਜ਼ ਕੀ ਹੈ ਇੱਥੇ ਤਾਂ ਕਾਰਕ ਦੱਸਣਾ ਕਿਹੜਾ ਕਾਰਕ ਤਾਂ ਨਾ ਆਪਾਂ ਕਰਦੇ ਆਪਸ਼ਨਾਂ ਕਰਤਾ ਕਾਰਕ ਸੰਬੋਧਨ ਕਾਰਕ ਕਰਮ ਕਾਰਕ ਸੰਬੰਧ ਕਾਰਕ ਇੱਥੇ ਸਾਡੀ ਡੀ ਆਪਸ਼ਨ ਆ ਜਿਹੜੀ ਰਾਈਟ ਹੋ ਜੂਗੀ ਸੰਬੰਧ ਕਾਰਕ ਮਤਲਬ ਇਹ ਨਰੇਸ਼ ਦੀ ਕਮੀਜ਼ ਆ ਤਾਂ ਨਰੇਸ਼ ਦੀ ਕੀ ਆ ਦੀ ਕੀ ਆ ਦਾ ਸੰਬੰਧ ਦਰਸਾ ਰਿਹਾ ਵੀ ਇਹ ਕਮੀਜ਼ ਕਿਦੀ ਆ ਨਰੇਸ਼ ਦੀ ਤਾਂ ਸੰਬੰਧ ਦੱਸ ਰਿਹਾ ਠੀਕ ਹੈ ਤਾਂ ਰਾਈਟ ਆਨਸਰ ਸਾਡਾ ਹੋ ਜੂਗਾ ਸੰਬੰਧ ਕਾਰਕ ਕਰਮ ਕਾਰਕ ਦੇ ਵਿੱਚ ਨੂੰ ਆਧਾਰ ਹੁੰਦਾ ਠੀਕ ਹੈ ਜਿਵੇਂ ਰਾਜੂ ਨੂੰ ਪਾਣੀ ਪਿਆ ਠੀਕ ਹੈ ਸੰਬੋਧਨ ਕਾਰਕ ਦੇ ਵਿੱਚ ਸਬੋਧਨ ਕੀਤਾ ਜਾਂਦਾ ਕਰਤਾ ਕਾਰਕ ਦੇ ਵਿੱਚ ਕਰਤਾ ਦੁਆਰਾ ਜਿਵੇਂ ਦਾਦੀ ਨੇ ਕਹਾਣੀ ਸੁਣਾਈ ਤਾਂ ਦਾਦੀ ਕੀ ਆ ਇੱਕ ਕਰਤਾ ਹੈ ਠੀਕ ਹੈ ਸੋਧਨ ਦੇ ਵਿੱਚ ਸੋਧਨ ਕੀਤਾ ਜਾ ਤਾਂ ਡੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਹਾਂਜੀ ਨੈਕਸਟ ਕੁਐਸਚਨ ਹੈ ਕਿ ਠਾਹਰ ਲੱਭਣਾ ਮੁਹਾਵਰਾ ਉਹਦਾ ਆਪਾਂ ਆਨਸਰ ਦੱਸਣਾ ਕੀ ਹੁੰਦਾ ਤਾਂ ਆਪਸ਼ਨਾਂ ਨੇ ਠਾਹਰ ਜਾਣਾ ਭੱਜ ਕੇ ਪਿੱਛਾ ਕਰਨਾ ਆਸਰਾ ਲੱਭਣਾ ਭੇਤ ਜਾਣਣਾ ਤਾਂ ਰਾਈਟ ਜਿਹੜਾ ਸਾਡਾ ਆਨਸਰ ਹੋ ਜੂਗਾ ਉਹ ਹੋ ਜੂਗਾ ਜੀ ਆਸਰਾ ਲੱਭਣਾ ਸੀ ਆਪਸ਼ਨ ਠਾਹਰ ਲੱਭਣਾ ਮਤਲਬ ਆਸਰਾ ਲੱਭਣਾ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਪੂਰਨ ਕਰਮਕ ਕਿਰਿਆ ਵਾਲਾ ਵਾਕ ਹੈ ਪਰ অপਸ਼ਨਾਂ ਨੇ ਹਰਮੀਤ ਨੇ ਗੱਲ ਕੀਤੀ ਸੁਰਿੰਦਰ ਸੋ ਗਿਆ ਬੱਚਾ ਹੱਸਿਆ ਗੁਰਵੀਰ ਪਾਣੀ ਪੀਂਦਾ ਹੈ ਤਾਂ ਰਾਈਟ ਜਿਹੜਾ ਸਾਡਾ ਆਨਸਰ ਹੋ ਗਿਆ ਉਹ ਹੋ ਗਿਆ ਜੀ ਸੀ ਆਪਸ਼ਨ ਠੀਕ ਹੈ ਪੂਰਨ ਕਰਮਕ ਮਤਲਬ ਇੱਕ ਹੁਣ ਆ ਵਾਕ ਦੇਖੋ ਗੁਰਵੀਰ ਇਹ ਕਿ ਆਕਰਤਾ ਪਾਣੀ ਕਿ ਆਕਰਮ ਕਰਮ ਪੀਂਦਾ ਕਿ ਆ ਕਿਰਿਆ ਇਹਦਾ ਹੋਗੀ ਕਰਮਕ ਯਾਨੀ ਕਿ ਸਕਰਮਕ ਕਿਰਿਆ ਹੋਗੀ ਠੀਕ ਹੈ ਤਿੰਨੇ ਆਕਰਤਾ ਕਰਮ ਕਿਰਿਆ ਹੁਣ ਆ ਸੁਰਿੰਦਰ ਸੋ ਗਿਆ ਇਹ ਵੀ ਆਕਰਮਕ ਕਿ ਰਿਹਾ ਹਰਮੀਤ ਵੀ ਹਰਮੀਤ ਨੇ ਗੱਲ ਕੀਤੀ ਇਹ ਇਹਦੇ ਚ ਵੀ ਕਰਮ ਨਹੀਂ ਇਹਨਾਂ ਦੋਨਾਂ ਚ ਪਰ ਉਹਨੇ ਪੁੱਛਿਆ ਪੂਰਨ ਕਰਮਕ ਯਾਨੀ ਕਿ ਆਕਰਮਕ ਦੀ ਵੀ ਅੱਗੇ ਕਿਸਮ ਤਾਂ ਪੂਰਨ ਕਰਮਕ ਇਹ ਬੱਚਾ ਹੱਸਿਆ ਠੀਕ ਆ ਕਰਮ ਇਹਦੇ ਚ ਵੀ ਨਹੀਂ ਤਾਂ ਸਾਡੀ ਇੱਥੇ ਸੀ ਆਪਸ਼ਨ ਆ ਜਿਹੜੀ ਸਾਡੀ ਰਾਈਟ ਹੋ ਜੂਗੀ ਹਾਂਜੀ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਆ ਕਿ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਠੀਕ ਹੈ ਤਾਂ ਆਨਸਰ ਦੇ ਆਪਸ਼ਨਾਂ ਦੇਖ ਲੈਣੇ ਆ ਮਲਤਾਨੀ ਪੁਆਦੀ ਮੁਲਵਈ ਮਾਜੀ ਤਾਂ ਇੱਥੇ ਸਾਡਾ ਰਾਈਟ ਆਨਸਰ ਹੋ ਜੂਗਾ ਜੀ ਡੀ ਆਪਸ਼ਨ ਮਾਜੀ ਕੀ ਆ ਟਕਸਾਲੀ ਭਾਸ਼ਾ ਟਕਸਾਲੀ ਭਾਸ਼ਾ ਕਿਹੜੀ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੀ ਦਾ ਸਾਰੇ ਆ ਰਾਜ ਦੀ ਸਰਬਸਾਂਝੀ ਭਾਸ਼ਾ ਹੁੰਦੀ ਆ ਉਹਨੂੰ ਟਕਸਾਲੀ ਭਾਸ਼ਾ ਕਹਿੰਦੇ ਆ ਤਾਂ ਮਾਜੀ ਆ ਜਿਹੜੀ ਸਾਡੀ ਉਹ ਟਕਸਾਲੀ ਭਾਸ਼ਾ ਗਈ ਇਸ ਦੀ ਵਰਤੋਂ ਸਮਾਚਾਰ ਦੇ ਲਈ ਪੱਤਰ ਸਮਾਚਾਰ ਪੱਤਰਾਂ ਦੇ ਲਈ ਦਫ਼ਤਰੀ ਕੰਮਾਂ ਦੇ ਲਈ ਸਰਕਾਰੀ ਕੰਮਕਾਜ ਦੇ ਲਈ ਕੀਤੀ ਜਾਂਦੀ ਹੈ ਤਾਂ ਡੀ ਆਪਸ਼ਨ ਸਾਡੇ ਇੱਥੇ ਰਾਈਟ ਹੋ ਜੂਗੀ ਨੈਕਸਟ ਕੁਐਸਚਨ ਹੈ ਜੀ ਹੇਠ ਲਿਖੇ ਨਾਵਾਂ ਵਿੱਚੋਂ ਸਮੂਹ ਵਾਚੀ ਨਾਮ ਤੇ ਨਿਸ਼ਾਨ ਲਗਾਓ ਤਾਂ ਆਪਸ਼ਨਾਂ ਨੇ ਟਿੰਡ ਬੀਂਡਾ ਤੇਲੀ ਤਾਂ ਰਾਈਟ ਆਨਸਰ ਸਾਡਾ ਹੋ ਜੂਗਾ ਇੱਥੇ ਸੀ ਮਤਲਬ ਬੱਗ ਬੱਗ ਕੀ ਹੁੰਦਾ ਜਿਹੜਾ ਮੱਝਾ ਗਾਵਾਂ ਦਾ ਬੱਗ ਹੋਵੇ ਕਾਠ ਹੋਵੇ ਤਾਂ ਸਮੂਹ ਵਾਚੀ ਕਿਹੜਾ ਆ ਗਿਆ ਸੀ ਆਪਸ਼ਨ ਹਾਂਜੀ ਨੈਕਸਟ ਕੁਐਸਚਨ ਕਰਦੇ ਆ ਕਿ ਵਿਸ਼ੇਸ਼ ਤਰਤੀਬ ਵਿੱਚ ਲਿਖ ਕੇ ਕਿਸੇ ਲਿਪੀ ਦੇ ਸਾਰੇ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਸ਼ਨਾਂ ਨੇ ਬੋਲੀ ਠੀਕ ਹੈ ਜੀ ਵਿਆਕਰਨ ਮਾਂ ਬੋਲੀ ਵਰਣਮਾਲਾ ਤਾਂ ਡੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਵਰਣਮਾਲਾ ਵਰਣਮਾਲਾ ਦੇ ਵਿੱਚ ਅੱਖਰਾਂ ਨੂੰ ਵਿਸ਼ੇਸ਼ ਤਰਤੀਬ ਦੇ ਵਿੱਚ ਲਾਇਆ ਜਾਂਦਾਗਾ ਵਿਸ਼ੇਸ਼ ਤਰਤੀਬ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾਗਾ ਤਾਂ ਉਹਨੂੰ ਕਹਿੰਦੇ ਨੇ ਵਰਣਮਾਲਾ ਜੇਕਰ ਵਿਆਕਰਨ ਦੀ ਗੱਲ ਕਰੀਏ ਤਾਂ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਜਾਣਨ ਦੇ ਲਈ ਸਮਝਣ ਦੇ ਲਈ ਜੋ ਵੀ ਨਿਯਮ ਵਰਤੇ ਜਾਂਦੇ ਉਹਨਾਂ ਨੂੰ ਕਹਿੰਦੇ ਨੇ ਵਿਆਕਰਨ ਠੀਕ ਹੈ ਜੀ ਮਾਂ ਬੋਲੀ ਸਾਡੀ ਮਾਤਰ ਭਾਸ਼ਾ ਜਿਹੜੀ ਕਿ ਅਸੀਂ ਆਪਣੇ ਮਾਂ ਤੋਂ ਸਿੱਖਦੇ ਹਾਂ ਅਸੀਂ ਆਪਣੇ ਪਰਿਵਾਰ ਤੋਂ ਸਿੱਖਦੇ ਹਾਂ ਠੀਕ ਹੈ ਜੀ ਗੁਰਮੁਖੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਡਾ ਅਗਲਾ ਕੁਐਸਚਨ ਆ ਗਿਆ ਜੀ ਗੁਰਮੁਖੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਆਪਸ਼ਨਾਂ ਨੇ 2 3 5 10 ਤਾਂ ਰਾਈਟ ਸਾਡਾ ਇੱਥੇ ਆਨਸਰ ਹੋ ਜਾਊਗਾ ਜੀ 10 ਠੀਕ ਹੈ ਜੀ ਤਾਂ 10 ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਹੈਗਾ ਜੀ ਮੁਕਤਾ ਕੰਨਾ ਸਿਆਰੀ ਵਿਆਰੀ ਲਾਂ ਦੁਲਾੰ ਅੰਕੜ ਦ ਲੈਂਕੜ ਹੋੜਾ ਠੀਕ ਹੈ ਦੇ ਕੋਣੋਲਾ ਤਾਂ ਕਿੰਨੇ ਹੋ ਗਏ ਜੀ ਟੋਟਲ ਇਹ 10 ਲਗਾ ਮਾਤਰਾ ਠੀਕ ਹੈ ਜੀ ਤਾਂ ਸਾਡਾ ਇੱਥੇ ਰਾਈਟ ਆਨਸਰ ਹੋ ਜਾਊਗਾ ਡੀ ਹਾਂਜੀ ਨੈਕਸਟ ਕਰਦੇ ਆਪਾਂ ਕਿ ਉਹ ਕਿਹੜਾ ਅੱਖਰ ਹੈ ਜਿਸ ਨਾਲ ਹੋੜਾ ਲਾਉਣ ਤੇ ਉਸ ਸਮੇ ਉਸ ਨਾਲ ਮੂੰਹ ਖੁੱਲਾ ਕਰ ਦਿੱਤਾ ਜਾਂਦਾ ਹੈ ਠੀਕ ਹੈ ਜੀ ਤਾਂ ਰਾਈਟ ਆਨਸਰ ਹੋ ਜਾਊਗਾ ਸਾਡਾ ਇੱਥੇ ਆਪਸ਼ਨਾਂ ਨੇ ਫਫਾ ਵਾਵਾ ਮਮਾ ਊੜਾ ਤਾਂ ਡੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਊੜਾ ਜਦੋਂ ਆਪਾਂ ਊੜੇ ਨੂੰ ਇਸ ਤਰ੍ਹਾਂ ਕਰਦੇ ਆਂ ਹੋੜਾ ਲਾਉਣੇ ਆ ਤਾਂ ਉਹਦਾ ਮੂੰਹ ਖੁੱਲਾ ਰਹਿ ਜਾਂਦਾ ਹੈ ਤਾਂ ਡੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਚੁਗੀ ਨੈਕਸਟ ਕੁਐਸਚਨ ਹੈ ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਦੇ ਵਰਤੋਂ ਕੀਤੀ ਜਾਂਦੀ ਹੈ ਤਾਂ ਆਪਸ਼ਨਾਂ ਨੇ ਦੇਵਨਾਗਰੀ ਗੁਰਮੁਖੀ ਉਰਦੂ ਤਾਂ ਉਰਦੂ ਠੀਕ ਹੈ ਜੀ ਤਾਂ ਰਾਈਟ ਆਨਸਰ ਸਾਡਾ ਇੱਥੇ ਹੋ ਜੂਗਾ ਬੀ ਆਪਸ਼ਨ ਗੁਰਮੁਖੀ ਤਾਂ ਪੰਜਾਬੀ ਭਾਸ਼ਾ ਦੀ ਲਿਪੀ ਦੀ ਵਰਤੋਂ ਕਰਨ ਲਈ ਜਾਂ ਲਿਖਣ ਦੇ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਦੇਵਨਾਗਰੀ ਕਹੀਏ ਤਾਂ ਹਿੰਦੀ ਦੀ ਲਿਪੀ ਹੈ ਜੀ ਇਹ ਉਰਦੂ ਫਾਰਸੀ ਦੀ ਹੈ ਠੀਕ ਹੈ ਜੀ ਰੋਮਨ ਆ ਜਿਹੜੀ ਉਹ ਅੰਗਰੇਜ਼ੀ ਦੀ ਲਿਪੀ ਹੈ ਤਾਂ ਸ਼ਾਹਮੁਖੀ ਸ਼ਾਹਮੁਖੀ ਆ ਜਿਹੜੀ ਉਹ ਪਾਕਿਸਤਾਨ ਦੀ ਲਿਪੀ ਤਾਂ ਰਾਈਟ ਆਨਸਰ ਸਾਡਾ ਇੱਥੇ ਬੀ ਆਪਸ਼ਨ ਹੋ ਚੁੱਕਾ ਹੈ ਨੈਕਸਟ ਕੁਐਸਚਨ ਹੈ ਸਾਡਾ ਕਿ ਕਿਹੜੇ ਸਵਰ ਮੁਕਤਾ ਆ ਸਕਦਾ ਹੈ ਜਾਨਕਿ ਮੁਕਤਾ ਸਵਰ ਸਾਡਾ ਕਿਹੜਾ ਹੁੰਦਾ ਹੈ ਤਾਂ ਆਪਸ਼ਨਾਂ ਨੇ ਊੜਾ ਆੜਾ ਈੜੀ ਹਾਹ ਤਾਂ ਰਾਈਟ ਆਨਸਰ ਸਾਡਾ ਹੋ ਜੂਗਾ ਜੀ ਇੱਥੇ ਬੀ ਆਪਸ਼ਨ ਆੜਾ ਆੜਾ ਇਹ ਜਿਹੜਾ ਇਹ ਮੁਕਤਾ ਆਉਂਦਾ ਸਿਰਫ ਇਦਾਂ ਠੀਕ ਹੈ ਜੀ ਕੋਈ ਲਗ ਨਹੀਂ ਲੱਗਦੀ ਮੁਕਤਾ ਕਿਹੜਾ ਹੁੰਦਾ ਜਿਹਨੂੰ ਕੋਈ ਲਗ ਨਹੀਂ ਲੱਗਦੀ ਠੀਕ ਹੈ ਤਾਂ ਬੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਊੜਾ ਆੜਾ ਈੜੀ ਤਿੰਨੇ ਇਹ ਸਾਡੇ ਮੂਲ ਸਵਰਨ ਨੇ ਹਾਹ ਜਿਹੜਾ ਇਹ ਇੱਕੋ ਇੱਕ ਪੰਜਾਬੀ ਦਾ ਸੁਰਜੰਤਰੀ ਹੈ ਜਾਨੀ ਕਿ ਇਹਦੇ ਵਿੱਚ ਇੱਕ ਟੋਨ ਹੈ ਇੱਕ ਸੁਰ ਹੈ ਤਾਂ ਸੁਰਜੰਤਰੀ ਆ ਜਿਹੜਾ ਸਾਡਾ ਹਾਹ ਤਾਂ ਰਾਈਟ ਆਨਸਰ ਸਾਡਾ ਆਗਾ ਬੀ ਆਪਸ਼ਨ ਠੀਕ ਹੈ ਜੀ ਹੇਠ ਲਿਖੇ ਵਿਕਲਪਾਂ ਵਿੱਚੋਂ ਸ਼ੁੱਧ ਸ਼ਬਦ ਜੋੜ ਚੁਣੋ। ਅਗਲਾ ਪ੍ਰਸ਼ਨ ਆ ਗਿਆ ਜੀ ਸਾਡਾ ਕਿ ਸ਼ੁੱਧ ਸ਼ਬਦ ਚੁਣਨਾ ਆਪਾਂ ਸ਼ੁੱਧ ਦੱਸਣਾ ਜਿਹੜਾ ਵੀ ਸਾਨੂੰ ਇਹ ਸ਼ਬਦ ਦਿੱਤਾ ਗਿਆ। ਫਰਸਟ ਆਪਸ਼ਨ ਹੈ ਜੀ ਤੋਦ, ਦੁੱਧ, ਦੁੱਧ ਅਤੇ ਦੁੱਦ। ਤਾਂ ਇੱਥੇ ਸਾਨੂੰ ਪਤਾ ਹੀ ਹੈ ਜੀ ਸਾਡਾ ਡੀ ਆਪਸ਼ਨ ਆ ਜਿਹੜਾ ਰਾਈਟ ਹੋ ਜੂਗੀ। ਦੁੱਧ ਸ਼ੁੱਧ ਇਸ ਤਰ੍ਹਾਂ ਪੈਂਦਾ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਬਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ? ਤਾਂ ਆਪਸ਼ਨਾਂ ਨੇ ਲੀਡਰ, ਬੁਲਾਰਾ, ਬੁਲਾਰਾ ਠੀਕ ਹੈ ਉਤਮਪੁਰਖ ਤੇ ਪੜਨਾਮ ਤਾਂ ਰਾਈਟ ਆਨਸਰ ਹੋ ਜੂਗਾ ਜੀ ਸਾਡਾ ਇੱਥੇ ਸੀ ਆਪਸ਼ਨ ਉਤਰਪੁਰਖ ਤਾਂ ਇਹ ਪੁਰਖਵਾਚਕ ਪੜਨਾਮ ਦੀ ਇੱਕ ਕਿਸਮਾ ਉਹਦੀਆਂ ਵੀ ਅੱਗੇ ਤਿੰਨ ਕਿਸਮਾਂ ਨੇ ਤਾਂ ਉਤਮਪੁਰਖ ਹੁੰਦਾ ਜਿਹੜਾ ਗੱਲ ਕਰਨ ਵਾਲਾ ਹੁੰਦਾ ਠੀਕ ਹੈ ਜੀ ਤਾਂ ਸੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਪੜਨਾਮ ਕੀ ਹੁੰਦਾ ਜਿਹੜਾ ਨਾਂ ਦੀ ਥਾਂ ਤੇ ਵਰਤਿਆ ਜਾਂਦਾ ਹੈ ਤਾਂ ਸੀ ਆਪਸ਼ਨ ਸਾਡੀ ਇੱਥੇ ਰਾਈਟ ਹੋ ਜੂਗੀ ਤਾਂ ਅੱਜ ਦਾ ਸਾਡਾ ਲਾਸਟ ਪ੍ਰਸ਼ਨ ਹੈ ਜੇ ਸ਼ੁੱਧ ਮੁਹਾਵਰਾ ਚੁਣਨਾ ਆਪਾਂ ਤਾਂ ਦੇਖ ਲੈਣੇ ਆ ਜੀ ਆਪਸ਼ਨ ਹੱਥ ਵੇਖਣੇ ਹੱਥ ਅੱਢਣੇ ਹੱਥ ਲਾਉਣੇ ਹੱਥ ਹਿਲਾਉਣੇ ਤਾਂ ਇੱਥੇ ਸਾਡਾ ਬੀ ਆਪਸ਼ਨ ਜਿਹੜੀ ਉਹ ਰਾਈਟ ਹੋ ਜੂਗੀ ਹੱਥ ਅੱਢਣੇ ਜਾਂ ਹੱਥ ਟੱਢਣੇ ਠੀਕ ਹੈ ਜੀ ਤਾਂ ਬੀ ਆਪਸ਼ਨ ਸਾਡੀ ਰਾਈਟ ਹੋ ਜੂਗੀ ਸ਼ੁੱਧ ਮਹਾਵਰਾ ਤਾਂ ਇਹ ਸੀ ਜੀ ਸਾਡੇ ਅੱਜ ਦਾ ਲਾਸਟ ਕੁਐਸਚਨ ਤਾਂ ਹੋਪ ਆ ਕਿ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਊਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰਾਂ ਤੱਕ ਵੀ ਪਹੁੰਚ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਣ ਮਿਲਾਂਗੇ ਜੀ ਨਵੇਂ ਸੈਸ਼ਨ ਦੇ ਵਿੱਚ ਨਵੀਂ ਐਮਸੀਕਿਊ ਸੀਰੀਜ਼ ਦੇ ਨਾਲ ਧੰਨਵਾਦ